वीडियो बना के पाने तेरी। अच्छा की नाम है बाबा तेरा? गुरचरण सिंह। अच्छा गुरचरण सिंह है। हाँ जी। पिंड रुगवाना। कितनी उम्र होगी? 84 84 85 बढ़ जाएगा। हाँ जी। ते बहुत फिर तो उम्र होगी तेरी। हाँ जी बड़ी। ते ऐ दस भी जेडे अपने जिमीदार है जट कह दिने जिन्ना नु पहला सौखे सीगे हुण सौखे ना? भाई मेरे हिसाब से उदो सौखे सी। उदो क्यों सौखे सी? वो ना कोई बीमारी। अच्छा। ना कोई शमारी। अच्छा। ना कोई अरख। अच्छा। ना किसी नु क्रोध ना देना ना देना। हुण तां भैण चोद कही ते टुके रोटी खांदे। हां कही ते टुक खांदे ना। हुण तां है लड़न नु तैयार है। तैयार। ते ऊ तो यार पहला नालों बहुत सौखे हो गए। उदों तो उठा उठा दे मसा बाही कढ़दे दो दो महीने दाने निकल दे। नशा भी बाला है जी। हुण नशा वाला है बहुत ज्यादा कई गुणा। अच्छा उदो नशा है नी? ना ना उदो तकड़े सी जिमीदार। अरे तकड़े। ते जे उदो वांगू हुण दाने कढ़ने हुंदे निकल जांदे हुण आलियां तो? हैं हुण आले। हुण आले। हां हुण आले कखी नहीं कर सकते। जो कम करना होवे मैं ने घंटा पंद दस दस बीघे जंदा उठना लाया। हुण दस बीघे मुंडा सुहागा नहीं ला सकता। ठीक है ट्रैक्टर नाल भी? हां ट्रैक्टर नाल सुहागा नहीं ला सकता। फिर भी आखो दाउन लै दांगे। अच्छा दस बीघे रंदा लाया तेरा? हां कसमान नाल। अच्छा ते दाने भी पिड़ पुड़ पाउंदे खुरगो खरगो करदे कहिंदे? अच्छा जी ਅੱਠੀ ਬੀਜ ਕੇ ਪੌਣੇ 4 ਰੁਪਏ ਮਣ ਛੋਲੇ ਵੇਚੇ ਹੋਏ ਨਾ? ਅੱਛਾ ਪੌਣੇ 4 ਰੁਪਏ ਮਣ। 12 ਕਿਲੋ ਬੀਜ ਲੈਣਾ। ਅੱਛਾ ਦੋ ਪੌਦੇ ਹੋਣੇ ਦੇਵੇ ਨਹੀਂ ਆਉਣਾ ਜਿੰਨਾ ਚਿਰ 12 ਕਿਲੋ ਬੀਜ ਨਾ ਬੀਜਣਾ। ਠੀਕ ਹੈ ਤੇ ਹੁਣ ਮੈਨੂੰ ਆਏ ਕੱਲ 12 ਕਿਲੋ ਚਿਕਾ ਕੇ ਤੂੰ ਹੀ ਤੋੜ ਕੇ ਦਿਖਾ ਕਿਸੇ ਨੂੰ? ਹਾਂ ਇਹ ਤੇਰੀ ਗੱਲ ਠੀਕ ਤੇ ਉਧਰ ਨਾਲੇ ਮੁੱਠੀ ਉਧਰ ਰੱਖਣੀ ਨਾਲੇ ਇਧਰ ਨੂੰ ਲੈਣੀ ਲੈ ਕੇ ਦਿਖਾਉਣਾ। ਹਾਂ ਇਹ ਤੇਰੀ ਗੱਲ ਠੀਕ ਹੈ। ਤੇ ਇੱਕ ਗੱਲ ਹੈ ਉਦੋਂ ਫਿਰ ਚੜਨ ਨੂੰ ਸਾਈਕਲ ਵੀ ਨਹੀਂ ਹੁੰਦਾ ਸੀ? ਨਾ। ਅੱਛਾ ਆ ਫੇਰ ਨਾਲੇ ਮੈਂ ਬੁੜੀਆਂ ਪਹਿਲੀ ਰਾਤ ਪੀਂਦੀਆਂ ਤੇ ਫੇਰ ਪਕਾਉਂਦੀਆਂ 20-25-25-30 ਬੱਚੇ ਬੰਦੇ ਹੁੰਦੇ ਇੱਕ ਪਰਿਵਾਰ ਦੇ। ਹਾਂ ਇਹ ਤੇਰੀ ਗੱਲ ਠੀਕ ਤੇ ਹੁਣ ਤੂੰ ਐ ਕਰ ਤੂੰ ਕੰਡਮ ਹੋ ਜਾਏ ਮੇਰੇ ਜਾਏ ਕਿ ਦਰਗਿਆ ਕੇ ਦੁਕਾਨ ਤੋਂ ਲਾਏ ਉਹ ਇੱਕ ਗਲਾ ਨਹੀਂ ਕਦੇ ਸਕਦੀ। ਠੀਕ ਹੈ ਫਿਰ ਹਜੇ ਘੱਟ ਗਈ ਦਾ ਪਹਿਲਾ ਘੱਟ ਹੈ ਕਿ ਕੁਛ? ਹਾਂ ਇਹ ਤੇਰੀ ਗੱਲ ਠੀਕ ਹੈ। ਤੇ ਇੱਕ ਮਤਲਬ ਹੁਣ ਊ ਤਾਂ ਸੌਖੇ ਹੋ ਗਏ ਜਿਮੀਦਾਰ ਕੋਠੀਆਂ ਪਾਈ ਜਾਂਦੇ ਜੱਟ ਹੁਣ ਤਾਂ? ਹੈਂ ਕੋਠੀਆਂ ਕਾਰਾਂ ਕੋਠੀਆਂ ਕਾਰਾਂ ਚੱਲ ਮਤਲਬ ਪਿਸ਼ਾਬ ਕਰਨ ਨੀ ਜਾਂਦੇ ਬਿਨਾਂ ਮੋਟਰਸਾਈਕਲ ਤੋਂ? ਮੋਗਾ ਦੇਖਣ ਨੀ ਜਾਂਦੇ? ਹਾਂ ਮੋਗਾ ਨੀ ਦੇਖਣ ਜਾਂਦੇ। ਜੇ ਖੇਤ ਜਾਣਾ ਭਾਵੇਂ ਤੀਜੇ ਮਰਬੇ ਤੇ ਕਿੱਕ ਮਾਰ ਕੇ ਜਾਣਗੇ ਦੇਖਣ ਕੁਛ ਜਾਣਾ ਨਾ ਜਾਂ ਨੱਕਾ ਬੰਨਾ ਕਰਨ ਜਾਣਾ ਕਹੀ ਬਰਾਬਰ ਟੰਗ ਲੈਣਗੇ। ਅੱਛਾ ਕੋਈ ਨੀ ਸਰ ਅੱਗੇ ਤੁਰ ਕੇ ਜ਼ਿਮੀਦਾਰ ਖੇਤ ਜਾਂਦੇ ਤੀ ਕੋ ਤਰਨਾ? ਠੀਕ ਹੈ ਚੜੀ ਟਿੱਕੀ ਤੁਰ ਕੇ ਨਾ ਤੇ ਤੀ ਕੋ ਕਿੱਡੀ ਵੱਡੀ ਹੁੰਦੀ ਹੈ ਦੇਨੀ ਛਪਣ ਦਿੰਦੇ ਸੀ। ਅੱਛਾ ਜੀ ਤੀ ਕੋ? ਹਾਂ ਜਿਵੇਂ ਤੂੰ ਰੁਗੂਆਣੇ ਤੋਂ ਕਿੱਥੋਂ ਤੱਕ ਤੁਰ ਕੇ ਜਾਂਦਾ ਸੀ ਫਿਰ? ਆਹ ਕਿਹੜੀ ਬਾਤ ਹੈ? ਨਹੀਂ ਰੁਗੂਆਣੇ ਪਿੰਡ ਤੋਂ ਕਿੱਥੇ ਕਿਹੜੇ ਪਿੰਡ ਤੱਕ ਤੁਰ ਕੇ ਗਿਆ ਹੋਇਆ? ਮਹਾਰਾਜ ਤਾਂ ਹੀ ਗਿਆ ਜੀ। ਅੱਛਾ ਮਹਾਰਾਜ ਤੱਕ ਰੁਗੂਆਣੇ ਕਾ ਸਮਾਨ ਤੁਰ ਕੇ? ਹਾਂ ਟਿੱਕੀ ਚੜ੍ਹਦੀ ਨਾਲ ਚੱਲਿਆ ਤੇ ਉੱਥੇ ਮਹਾਰਾਜ ਫੂਲ ਮਹਾਰਾਜ ਫੂਲ ਮਹਾਰਾਜ ਹਾਂ ਉੱਥੋਂ ਤੱਕ ਜਾਂਦਾ ਜਮਾ ਤੇ ਹੁਣ ਵਾਲੇ ਇੱਥੋਂ ਤੱਕ ਤਿੰਨ ਮਰਬਿਆਂ ਤੱਕ ਨਹੀਂ ਜਾਂਦੇ? ਨਹੀਂ ਜਾਂਦੇ। ਤਾਂ ਮਤਲਬ ਹੁਣ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ। ਤੇ ਹੋਰ ਕੋਈ ਪੁਰਾਣੀ ਗੱਲਬਾਤ? ਪੁਰਾਣੀ ਗੱਲ ਦੱਸ ਦਿੰਦਾ। ਹਾਂ ਬਈ 10 ਤੇ 12 8-7 ਬੱਚੇ ਹਰੇਕ ਬੁੜੀ ਦੇ ਹੁੰਦੀ ਸੀ ਕੋਈ ਹਸਪਤਾਲ ਨੀ ਜਾਣਦੀ ਸੀ। ਠੀਕ ਹੈ ਸਮਝ ਗਿਆ? ਠੀਕ ਹੈ ਤੇ ਉਹਨੇ ਉੱਠ ਖੜਦੀਆਂ ਧਾਰਾਂ ਕੱਢ ਦਿੰਦੀਆਂ ਰਾਤ ਨੂੰ ਬੱਚਾ ਤੜਕੇ ਚਾਦਰ ਕੇ ਧਾਰ ਕੱਢ ਦਿੰਦੀ। ਅੱਛਾ ਹੁਣ ਇੱਕ ਬੱਚਾ ਇੱਕੋ ਹੀ ਤੇ ਜਦੋਂ ਲੜਕੀ ਦੇ ਘਰ ਉੱਠਿਆ ਗਿਆ 9 ਮਹੀਨੇ ਤੋਂ ਬਾਈ ਡਾਕਟਰ ਨਹੀਂ ਲਈ ਤੇ ਫਿਰ ਆ ਕੇ ਦਾਖਲ ਹੋਏ ਜੀ ਤੇ ਭੈਣ ਚੋਦ ਉਹ ਵੀ ਪਰੇਸ਼ਨ ਨਾਲ ਹਜੇ ਏਦੋਂ ਬੇੜਾ ਕਦੋਂ ਬੈਠੂਗਾ? ਠੀਕ ਹੈ ਗੱਲ ਹਾਂ 50,000 ਚ ਆਪਰੇਸ਼ਨ ਪੈ ਜਾਂਦਾ ਉਹ 50,000 ਰੁਪਏ ਡਾਕਟਰ ਲੈ ਲੈਂਦੇ ਆਪਰੇਸ਼ਨ ਦਾ। ਚੱਲ ਮਾਇਆ ਤਾਂ ਹੁਣ ਹੈਗੀ। ਅੱਛਾ ਐਡਾ ਬੱਚਿਆਂ ਨੂੰ ਜੇਠਿਆਂ ਨੀ ਦੇ ਦਿੰਦੇ ਨਾ ਜਦੋਂ ਪੁਰਾਣੀ ਗੱਲ ਤੇ ਖੁਸ਼ ਹੋ ਜਾਂਦਾ ਹੁਣ ਤੂੰ ਐ ਕਰੀ 500 ਦੇ ਜੀ ਜੇ ਬੱਚਾ ਮੇਲੇ ਵਗ ਜੇ ਇਹਦਾ ਬਣੂ ਕੀ? ਅੱਛਾ ਇੰਨੀ ਘੱਟ ਗਈ ਦਾ ਪੈਸਾ। ਠੀਕ ਹੈ ਮਾਲਕ ਨੇ ਰੰਗ ਤਾਂ ਬੜੇ ਦਿੱਤੇ ਨਾ। ਠੀਕ ਹੈ ਪਰ ਚੋਜਾਂ ਚ ਜਾਣਗੇ। ਅੱਛਾ ਚੋਜਾਂ ਚ ਜਾਂਦੇ ਨਾ? ਅਜੇ ਚੋਜਾਂ ਜ਼ਿਮੀਦਾਰ ਨੇ ਵਧਾ ਲਈਆਂ ਪਹਿਲਾਂ ਕੋਈ ਚੋਜ ਨਹੀਂ ਸੀ ਹਨਾ ਨਾ ਕੋਈ ਇੱਕ 5 ਬੁੜਿਆਂ ਚ ਯਾਰ ਇੱਕ ਵਿਆਹ ਹੁੰਦਾ। ਹਾਂ ਤੇ ਗਵਾਂਢੀ ਤੋਂ ਜਦੋਂ ਸਹੁਰੀ ਜਾਂਦਾ ਲੀੜੇ ਮੰਗ ਕੇ ਲਿਜਾਂਦਾ। ਹਾਂ ਇਹ ਤੇਰੀ ਗੱਲ ਸਮਝ ਗਿਆ। ਹਾਂ ਹੁਣ ਤੁਹਾਡੇ ਦੱਸੋ ਕਿੰਨੇ ਛੂਟ ਪਏ ਨੇ? ਠੀਕ ਹੈ ਗੱਲ ਹੈ ਤੇਰੇ ਤੇ ਲਾ ਲਾ। ਹਾਂ ਸਹੀ ਗੱਲ ਹੈ ਕਿੰਨੇ ਭੈਣ ਚੱਚੀ ਕਿੱਥੇ ਜੀ? ਹਾਂ ਕੋਈ ਗਿਣਤੀ ਨਹੀਂ ਹੈ ਸਮਝ ਗਿਆ। ਹਾਂ ਤੇ ਫਿਰ ਇਦੋਂ ਉੱਤੇ ਕੀ ਹੋਊਗਾ? ਤੇ ਹੁਣ ਜ਼ਿਮੀਦਾਰ ਵੀ ਉਹੀ ਕਰਨ ਲੱਗ ਗਏ ਚੋਜ ਕਰਨ ਲੱਗ ਗਏ। ਇਹ ਚੋਜ ਛੱਡ ਦੇਣ ਤਾਂ ਠੀਕ ਰਹਿਣਗੇ। ਛੱਡ ਦੇ ਜੀ
ਛੱਡ ਦੇਣੀ ਪ੍ਰਾਣ ਛੱਡ ਦੇਣਗੇ ਚੋਜ ਨੀ ਛੱਡ ਚੱਲ ਠੀਕ ਹੈ ਫਿਰ ਤੇ ਤੂੰ ਤਾਂ ਇਹ ਕਹਿੰਦਾ ਵੀ ਕੰਮ ਕਰਨ ਹੁਣ ਵਾਲੇ ਹੈ ਮੈਂ ਤਾਂ ਇਹੀ ਹੈ ਨਾ ਠੀਕ ਹੈ ਕਰੋ ਜਲਦੀ ਪਲਾਨੀ ਹੈਂ ਜਲਦੀ ਪਲਾਨੀ ਕਰੋ ਭਾਵੇਂ 90 ਸਾਲ ਦਾ ਅੱਛਾ ਕੰ